ਹਾਂਜੀ, ਅੱਜ ਨਾ ਸਾਨੂੰ ਪੁੱਡਾ ਕਲੋਨੀ ਤੋਂ ਸਮਾਜ ਸੇਵਕ ਨੇ ਸੂਚਨਾ ਦਿੱਤੀ ਸੀ ਕਿ ਇੱਕ ਡੈੱਡ ਬੋਡੀ ਜਿਹੜੀ ਆ ਪਾਰਕ ਦੇ ਵਿੱਚ ਪਈ ਆ। ਅਸੀਂ ਮੌਕੇ 'ਤੇ ਪੁੱਜੇ ਹਾਂ, ਮੈਂ ਤਾਂ ਮੇਰੇ ਸਾਥੀ ਸਰਭਜਨ ਸਿੰਘ ਗਿਆ ਸੀ, ਅੱਜ ਇੱਥੇ ਮੌਕੇ 'ਤੇ ਪੁੱਜੇ ਹਾਂ। ਤੋ ਡੈੱਡ ਬੋਡੀ ਜਿਹੜੀ ਆ ਕਬਜ਼ੇ 'ਚ ਲੈ ਲਈ ਆ, ਸਿਵਲ ਹਸਪਤਾਲ ਵਿੱਚ ਪਹਿਚਾਣ ਵਾਸਤੇ ਰਖਾਈ ਜਾ ਰਹੀ ਹੈ 72 ਘੰਟੇ ਵਾਸਤੇ। ਹਾਂਜੀ, ਫਿਲਹਾਲ ਹਜੇ ਇਹਨੂੰ ਮੋਰਚਰੀ 'ਚ ਸਿਵਲ ਹਸਪਤਾਲ ਰਖਾਇਆ ਜਾਊਗਾ, ਇਹਦੀ ਪਹਿਚਾਣ ਕਰਾਈ ਜਾਊਗੀ। ਹਜੇ ਅਨਨੋਨ, ਇਹ ਪੁੱਡਾ ਕਲੋਨੀ ਦਾ ਰੋਡ ਆ ਜੀ, ਬੇਰ ਸਾਹਿਬ ਨੂੰ ਅੱਗੇ ਬੇਰ ਸਾਹਿਬ ਨੂੰ ਰੋਡ ਜਾਂਦਾ ਹੈ। ਹਾਂਜੀ, ਪਾਰਕ ਦੇ ਪੁੱਡਾ ਕਲੋਨੀ ਦੇ ਬਾਅਦ ਜਿਹੜੀ ਪਾਰਕ ਆ, ਮੈਨੂੰ ਜਿਹੜੇ ਸਾਫ ਹੈਗੇ ਆ ਮਤੇ ਟੀਮਾਂ, ਉਹਨਾਂ ਦੀ ਕੋਠੀ ਦੇ ਬਿਲਕੁਲ ਨਜ਼ਦੀਕ ਹੈ। ਵਾਈਟ ਸ਼ਰਟ ਹੀ ਅਤੇ ਕਰੀਮ ਕਲਰ ਦੀ ਹੈਗੇ ਪੈਂਟ ਪਾਈ ਹੋਈ। ਕਿੰਨੀ ਉਮਰ? ਉਮਰ ਲਗਭਗ 40 ਸਾਲ ਦੇ ਨੇੜੇ ਹੈ।